ਤੋਂ ਪਹਿਲਾਂ ਸਾਰੇ ਮੀਡੀਆ ਕਰਮੀਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਸ਼ਾਰਟ ਨੋਟਸ 'ਤੇ ਅੱਜ ਇਸ ਇੰਪੋਰਟੈਂਟ ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ। ਮੇਰੇ ਨਾਲ ਸਾਡੇ GST ਡਿਪਾਰਟਮੈਂਟ ਦੇ ਸੈਕਟਰੀ ਵਿਕਾਸ ਪ੍ਰਤਾਪ ਜੀ, SET ਸਾਹਿਬ ਔਰ ਖੱਬੇ ਪਾਸੇ ਵਰਨ ਰੂਜ਼ਮ ਜੀ, ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ, ਜਸਕਰਨ ਬਰਾੜ ਜੀ ਸਾਡੇ ਇਨਫੋਰਸਮੈਂਟ ਵਿੰਗ ਦੇ ਹੈੱਡ। ਅੱਜ ਪਿਛਲੇ ਲਗਭਗ ਇੱਕ ਮਹੀਨੇ ਦੇ ਅੰਦਰ ਪੰਜਾਬ ਵਿੱਚ ਜਿਹੜੇ ਟੈਕਸ ਚੋਰੀ ਕਰਨ ਵਾਲੇ ਵਿਅਕਤੀ ਸੀ, ਜਿਹੜੇ GST ਦੇ ਅੰਦਰ ਜਾਲੀ ਬਿੱਲਾਂ ਦੇ ਰਾਹੀਂ, ਬੋਗਸ ਬਿੱਲਾਂ ਦੇ ਰਾਹੀਂ ਫੇਕ ITC ਰਿਟਰਨ ਕਿਵੇਂ ਲੈਂਦੇ ਸੀ, ਉਹਨਾਂ 'ਤੇ ਡਿਪਾਰਟਮੈਂਟ ਵੱਲੋਂ ਸਖਤ ਕਾਰਵਾਈ ਕੀਤੀ ਗਈ। ਔਰ ਪੰਜਾਬ ਵਿੱਚ ਸਰਕਾਰ ਆਉਣ ਤੋਂ ਬਾਅਦ, ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ, ਸਰਕਾਰ ਦਾ ਇਹ ਸਖਤ ਮੈਸੇਜ ਆ ਕਿ ਪੰਜਾਬ ਵਿੱਚ ਅਸੀਂ ਕਰਪਸ਼ਨ, ਭ੍ਰਿਸ਼ਟਾਚਾਰ, ਚਾਹੇ ਉਹ ਕਿਸੇ ਵੀ ਲੈਵਲ ਦਾ, ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਚੋਰੀ ਜਿਹੜੀ ਆ ਉਹ ਕਿਸੇ ਵੀ ਲੈਵਲ ਦੀ ਆ, ਬਰਦਾਸ਼ਤ ਨਹੀਂ ਕੀਤੀ ਜਾਊਗੀ। ਸੋ ਉਸੇ ਮੁਹਿੰਮ ਦੇ ਤਹਿਤ, ਉਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਪੰਜਾਬ ਦੇ ਅੰਦਰ ਜਿਹੜੀਆਂ ਬੋਗਸ ਬਿੱਲ ਦੇ ਰਾਹੀਂ, ਫੇਕ ITC ਦੇ ਰਾਹੀਂ ਕਿਸ ਤਰ੍ਹਾਂ ਡਿਪਾਰਟਮੈਂਟ ਨੂੰ ਚੂਨਾ ਲਾਉਣ ਦੀ ਜਿਹੜੀ ਕੋਸ਼ਿਸ਼ ਸੀਗੀ, ਕੁਛ ਜਾਲੀ ਫਰਮਾਂ ਬਣਾ ਕੇ ਕਰ ਰਹੇ ਸੀ, ਉਹਨਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਗਿਆ। ਔਰ ਪੰਜਾਬ ਦੇ ਅੰਦਰ ਅਸੀਂ ਟੈਕਸ ਚੋਰੀ ਰੋਕਣ ਦੇ ਲਈ ਆਪਣੀ ਮੁਹਿੰਮ ਨੂੰ ਹੋਰ ਤਾਕਤਵਰ ਬਣਾਇਆ ਗਾ। ਔਰ ਸਾਡਾ ਡਿਪਾਰਟਮੈਂਟ ਲਗਾਤਾਰ ਜਿਹੜਾ ਟੈਕਸ ਚੋਰੀ ਕਰਦਾ ਗਾ, ਉਹਦੇ ਖਿਲਾਫ ਅਸੀਂ ਸਖਤ ਬਾਹਰ ਜਿਹੜਾ ਕਰ ਰਹੇਗੇ, ਤਾਂ ਕਿ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਚੋਰੀ ਜਿਹੜੀ ਆ ਉਹਨੂੰ ਖਤਮ ਕਰੀਏ। ਕਿਉਂਕਿ ਟੈਕਸ ਕੰਪਲਾਈਂਸ ਦੇ ਅੰਦਰ ਪੰਜਾਬ ਜਦੋਂ GST ਆਇਆ ਗਾ, ਜਦੋਂ GST ਰਜੀਮ ਆਈ ਆ ਬੈਟ ਤੋਂ ਬਾਅਦ, 2017 ਤੋਂ ਪਹਿਲਾਂ ਪੰਜਾਬ ਦੇ ਅੰਦਰ ਬੈਟ ਦੀ ਰਜੀਮ ਸੀ, ਯਾਨੀ ਕਿ ਜਿਹੜਾ ਪਹਿਲਾ ਢਾਂਚਾ ਸੀ GST ਤੋਂ ਪਹਿਲਾਂ। ਉਸ ਤੋਂ ਬਾਅਦ GST ਆਇਆ ਗਾ, ਔਰ ਪੁਰਾਣੀ ਸਰਕਾਰ ਦੇ ਸਮੇਂ, ਜਿਵੇਂ ਕਹਾਂ ਕਾਂਗਰਸ ਪਾਰਟੀ ਦੇ ਸਮੇਂ, 17 ਤੋਂ ਲੈ ਕੇ 22 ਤੱਕ ਟੈਕਸ ਗਰੋਥ ਲਗਭਗ 6% ਸੀਗੀ। ਔਰ ਸਾਡੀ ਸਰਕਾਰ ਆਉਣ ਤੋਂ ਬਾਅਦ, ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ, ਗਰੋਥ ਜਿਹੜੀ ਆ ਉਹ 13% ਤੋਂ ਅਬਵ ਹੋਈ ਹੈਗੀ। ਸੋ ਉਹਦਾ ਕਾਰਨ ਇਹੀ ਆ ਕਿ ਡਿਪਾਰਟਮੈਂਟ ਦੇ ਅੰਦਰ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ, ਡਿਪਾਰਟਮੈਂਟ ਦੇ ਅੰਦਰ IIT ਹੈਦਰਾਬਾਦ ਤੋਂ ਅਸੀਂ ਮੋਡਿਊਲ ਜਿਹੜੇ ਪਰਚੇਜ਼ ਕੀਤੇ ਨੇਗੇ, ਜਿਨ੍ਹਾਂ ਦੇ ਰਾਹੀਂ ਅਸੀਂ ਜਿੱਥੇ ਜਿੱਥੇ ਸਾਨੂੰ ਕੋਈ ਚੋਰੀ ਦਿਖਦੀ ਆ, ਜਿਹੜਾ ਪੈਸਾ ਪੰਜਾਬ ਦੇ ਖਜ਼ਾਨੇ 'ਚ ਆਉਣਾ ਚਾਹੀਦਾ ਗਾ, ਜਿਹੜਾ ਪੈਸਾ ਮੈਂ ਸਮਝਦਾ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੀ ਤਰੱਕੀ ਹੋਣੀ ਆ, ਉਹ ਰਾਜ ਨਾ ਲੁੱਟਿਆ ਜਾਵੇ, ਉਹਦੀ ਚੋਰੀ ਰਾਜ ਨਾ ਹੋਵੇ, ਉਹਨੂੰ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਹੋਰ ਉਹਦੀ ਚੋਰੀ ਨਾ ਕਰ ਲਵੇ, ਤਾਂ ਉਹਦੇ ਲਈ ਅਸੀਂ ਬਹੁਤ ਸਾਰੇ ਪ੍ਰਾਵਧਾਨ ਜਿਹੜੇ ਨੇ, ਸਾਡੇ ਡਿਪਾਰਟਮੈਂਟ ਦੇ ਦੋਨੋਂ ਅਫਸਰ ਸਾਹਿਬਾਨ ਬੈਠੇ ਨੇ, ਸਾਰਿਆਂ ਨੇ ਬੜੀ ਸੂਝਬੂਝ ਦੇ ਨਾਲ ਅਸੀਂ ਡਿਪਾਰਟਮੈਂਟ 'ਚੋਂ ਸਾਰੀਆਂ ਚੋਰੀਆਂ ਅਸੀਂ ਪਲੱਗ ਕੀਤੀਆਂ ਨੇਗੀਆਂ, ਜਿਹੜੀਆਂ ਮੈਂ ਸਮਝਦਾ ਟੈਕਸ ਦੇ ਵਿੱਚ ਹੁੰਦੀਆਂ ਸੀ। ਉਸੇ ਲੜੀ ਦੇ ਤਹਿਤ ਅਸੀਂ ਅੰਮ੍ਰਿਤਸਰ ਦੇ ਅੰਦਰ ਜਿਹੜਾ ਗੋਲਡ ਸੋਨੇ ਦੇ ਉੱਤੇ ਬਗੈਰ ਬਿੱਲ, ਯਾਨੀ ਉਹ ਸੋਨਾ ਉਹਨਾਂ ਨੇ ਪਰਚੇਜ਼ ਕਿੱਥੋਂ ਕਰਕੇ ਲਿਆਂਦਾ, ਉਸ ਫਰਮ ਨੇ ਸੋਨਾ ਕਿੱਥੋਂ ਖਰੀਦਿਆ, ਉਹ ਲਗਭਗ 336 ਕਰੋੜ ਰੁਪਇਆ, ਇੱਕ ਫਰਮ ਤੋਂ 336 ਕਰੋੜ ਰੁਪਇਆ ਦੇ ਜਾਲੀ ਬਿੱਲ ਸਾਨੂੰ ਮਿਲੇ ਨੇਗੇ। ਔਰ
ਇਹਦੇ ਵਿੱਚ ਮੈਂ ਸਮਝਦਾ ਇੱਕ ਵੱਡੀ ਕਾਰਵਾਈ ਅੱਜ ਤੱਕ ਦੀ, ਹੁਣ ਤੱਕ ਦੀ ਜੇ ਮੈਂ ਕਹਾਂ ਹਿਸਟੋਰੀਕਲੀ, ਇੱਕ ਵੱਡੀ ਮੁਹਿੰਮ ਜਿਹੜੀ ਆ ਹੋਈ ਆ, ਔਰ 336 ਕਰੋੜ ਰੁਪਏ ਦੀ ਇਹ ਅਸੀਂ ਚੋਰੀ ਜਿਹੜੀ ਆ ਉਹ ਫੜੀ ਆ ਕਿ ਅੰਮ੍ਰਿਤਸਰ ਦੇ ਅੰਦਰ ਜਾਅਲੀ ਬਿੱਲ, ਖਾਸ ਕਰਕੇ ਸੋਨੇ ਦੇ ਸੰਬੰਧ ਦੇ ਵਿੱਚ, ਗੋਲਡ ਦੇ ਸੰਬੰਧ ਵਿੱਚ ਫੇਕ ਬਿੱਲ ਤਿਆਰ ਕੀਤੇ ਗਏ ਸੀ, ਇਹ ਹੋਈ ਆ। ਇਸੇ ਤੇ ਇਸ ਤੋਂ ਇਲਾਵਾ ਕਿਉਂਕਿ ਇਹਨਾਂ ਇਹ ਫਰਮਾਂ ਨੇ, ਸਾਡਾ ਇਨਫੋਰਸਮੈਂਟ ਵਿੰਗ ਨੇ ਜਦੋਂ ਜਾਂਚ ਕੀਤੀ, ਇਹ ਫਰਮਾਂ ਨੇ ਕਿੱਥੋਂ ਸੋਨਾ ਖਰੀਦ ਕੇ ਲਿਆ ਕੇ ਗਾਹਕਾਂ ਨੂੰ ਵੇਚਿਆ, ਕੋਈ ਵੀ ਉਹਨਾਂ ਕੋਲ ਹਿਸਟਰੀ ਨਹੀਂ ਸੀਗੀ, ਕੋਈ ਵੀ ਉਹਨਾਂ ਕੋਲ ਰਿਕਾਰਡ ਨਹੀਂ ਸੀਗਾ ਕਿ ਸੋਨਾ ਉਹਨਾਂ ਨੇ ਕਿੱਥੋਂ ਖਰੀਦ ਕੇ ਲਿਆਂਦਾ ਗਾ। ਉਹਨਾਂ ਦੇ ਖਿਲਾਫ਼ ਜਿਹੜੀ ਕਾਰਵਾਈ ਕੀਤੀ ਆ, ਔਰ ਇਹਨਾਂ ਫਰਮਾਂ ਦੀ ਅਸੀਂ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਆ, ਔਰ 20 ਕਰੋੜ ਰੁਪਏ ਦੇ ਕਰੀਬ ਜਿਹੜਾ ਪਲੰਟੀ ਆ ਉਹ ਵੀ ਲਾਈ ਆ, ਤਾਂ ਕਿ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਨਾ ਲਾ ਸਕੇ, ਪੰਜਾਬ ਦੇ GST ਸਿਸਟਮ ਨੂੰ ਖਰਾਬ ਨਾ ਕਰ ਸਕੇ। ਸੋ 20 ਕਰੋੜ ਰੁਪਏ ਦੀ ਜਿਹੜੀ ਆ ਅਸੀਂ ਇਹਦੇ ਤੋਂ ਰਿਕਵਰੀ ਜਿਹੜੀ ਆ ਉਹ ਵੀ ਕਰਾਂਗੇ। ਇਹਦੇ ਨਾਲ ਦੀ ਨਾਲ ਇੱਕ ਲੁਧਿਆਣਾ ਦੇ ਅੰਦਰ 336 ਕਰੋੜ ਰੁਪਇਆ ਅੰਮ੍ਰਿਤਸਰ ਦੇ ਅੰਦਰ, ਔਰ ਦੂਸਰਾ ਲੁਧਿਆਣਾ ਦੇ ਅੰਦਰ, ਦੂਸਰੀ ਕੰਪਨੀ ਜਿਹੜੀ ਆ ਉਹ ਲੁਧਿਆਣਾ ਦੇ ਅੰਦਰ ਆ, ਉਹ 424 ਕਰੋੜ ਰੁਪਇਆ, 424 ਕਰੋੜ ਰੁਪਏ ਦੇ ਬਿੱਲ ਨੇ ਜਿਹੜੇ ਜਾਅਲੀ ਬਿੱਲ ਨੇ, ਉਹਨਾਂ ਦਾ ਵੀ ਪਰਦਾਫਾਸ਼ ਹੋਇਆ ਗਾ। ਔਰ ਮੈਂ ਸਮਝਦਾ ਇੱਕ ਵੱਡੀ ਜਿਹੜੀ ਮੁਹਿੰਮ ਆ ਉਹਨੂੰ ਵੀ ਸਾਡੀ ਨੂੰ ਸਫਲਤਾ ਮਿਲੀ ਆ, ਔਰ ਇਹਦੇ ਵਿੱਚ ਲਗਭਗ 25 ਕਰੋੜ ਰੁਪਇਆ ਜਿਹੜਾ ਉਹ ਟੈਕਸ ਦਾ ਚਾਰਜ ਕੀਤਾ ਜਾਊਗਾ। ਇਹ ਦੋ ਵੱਡੀਆਂ ਸਾਡੀਆਂ ਪ੍ਰਾਪਤੀਆਂ ਗੋਲਡ ਦੇ ਅੰਦਰ ਨੇਗੀਆਂ, 336 ਕਰੋੜ ਰੁਪਇਆ ਦੇ ਜਾਅਲੀ ਬਿੱਲ ਅੰਮ੍ਰਿਤਸਰ, ਔਰ ਜਿਹਦੇ ਵਿੱਚੋਂ 20 ਕਰੋੜ ਦੀ ਪਲੰਟੀ ਬਣਦੀ ਹੈ ਟੈਕਸ ਐਂਡ ਪਲੰਟੀ, ਔਰ ਦੂਸਰੀ 424 ਕਰੋੜ ਰੁਪਏ ਦੇ ਲੁਧਿਆਣਾ ਦੀ ਇੱਕ ਫਰਮ ਆ ਜਿਹਦੇ ਵਿੱਚੋਂ ਟੈਕਸ ਐਂਡ ਪਲੰਟੀ ਲਗਭਗ 25 ਕਰੋੜ ਰੁਪਇਆ ਬਣਦਾ ਗਾ। ਇਹ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਫਰੋਡ ਨੇ ਡਿਟੈਕਟ ਕੀਤੇ ਨੇਗੇ, ਜਿਨ੍ਹਾਂ ਦੇ ਨਾਲ ਮੈਂ ਸਮਝਦਾ ਡਿਪਾਰਟਮੈਂਟ ਸਾਡਾ ਹੋਰ ਮਜ਼ਬੂਤ ਹੋਇਆ ਹੈ। ਇਸ ਤੋਂ ਇਲਾਵਾ ਜਿਹੜੀਆਂ ਕੁਛ ਫਰਮਾਂ ਪੰਜਾਬ ਦੇ ਅੰਦਰ ਜਿਹੜੀਆਂ ਸੈਂਟਰਲ ਜੁਰਿਡਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ, ਜਿਹੜੀਆਂ ਕੇਂਦਰ ਸਰਕਾਰ ਕੋਲ ਰਜਿਸਟਰਡ ਸੀਗੀਆਂ, ਬੜੀ ਇੰਪੋਰਟੈਂਟ ਗੱਲ ਆ ਕਿ ਜਿਹੜੀਆਂ ਸੈਂਟਰਲ ਸਰਕਾਰ ਦੀ ਜੁਰਿਡਿਕਸ਼ਨ ਦੇ ਅੰਦਰ ਰਜਿਸਟਰਡ ਹੋਈਆਂ ਸੀ, ਕਿਉਂਕਿ ਜਿਹੜੀ ਰਜਿਸਟ੍ਰੇਸ਼ਨ ਆ GST ਦੀ ਉਹ ਸਟੇਟ ਕੋਲ, ਸਟੇਟ ਵੀ ਕਰ ਸਕਦਾ ਗਾ, ਕੋਈ ਵਿਅਕਤੀ ਸਟੇਟ ਕੋਲ ਵੀ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦਾ ਗਾ, GST ਦੇ ਅੰਦਰ ਕੋਈ ਵਿਅਕਤੀ ਜਿਹੜਾ ਉਹ ਸੈਂਟਰ ਕੋਲ ਵੀ ਕਰਵਾ ਸਕਦਾ ਗਾ। ਔਰ ਲਗਭਗ 303 ਫਰਮਾਂ ਦਾ ਦੇ ਵਿੱਚੋਂ 4044 ਕਰੋੜ ਰੁਪਏ ਦਾ, 4044 ਕਰੋੜ ਰੁਪਏ ਦੀ ਜਿਹੜੀ ਲੋਹੇ ਦੀ, ਆਇਰਨ ਦੀ ਜਾਅਲੀ ਸੇਲ ਪਰਚੇਜ ਦਿਖਾ ਕੇ ਜਿਹੜੇ ITC ਰਿਟਰਨ ਲੈਂਦੇ ਸੀ ਉਹ ਵਿਅਕਤੀ ਅਸੀਂ ਫੜੇ ਨੇਗੇ। 4044 ਕਰੋੜ ਰੁਪਏ ਦੀ ਜਿਹੜੀ ਆ ਲੋਹੇ ਦੀ ਜਿਹੜੀ ਆ ਜਾਅਲੀ ਸੇਲ ਪਰਚੇਜ ਦੀ ਅਸੀਂ ਉਹ ਫਰਮਾਂ 303 ਫਰਮਾਂ ਡਿਟੈਕਟ ਕੀਤੀਆਂ, ਔਰ ਉਹਨਾਂ ਵਿੱਚੋਂ ਜਿਹੜੀਆਂ 206 ਫਰਮਾਂ ਸੀਗੀਆਂ, ਟੋਟਲ 303 ਫਰਮਾਂ ਨੇਗੀਆਂ ਹੁਣ ਤੱਕ, ਜਿਹੜੀਆਂ ਅਦਰ ਸਟੇਟਸ ਵੀ ਨੇ, ਕਿਉਂਕਿ ਜਿਹੜੀਆਂ ਸਟੇਟ ਦੀਆਂ ਨੇਗੀਆਂ, ਸੈਂਟਰ ਦੀਆਂ ਨੇਗੀਆਂ ਉਹ 206 ਨੇਗੀਆਂ, ਔਰ 211 ਫਰਮਾਂ ਜਿਹੜੀਆਂ ਉਹ ਪੰਜਾਬ 'ਚ ਰਜਿਸਟਰਡ ਹੋਈਆਂ ਸੀਗੀਆਂ। 303 ਹੋ ਗਈਆਂ ਟੋਟਲ, ਜਿਹੜੀਆਂ ਸੈਂਟਰ ਦੀਆਂ ਸੀਗੀਆਂ ਉਹ ਬਣ ਗਈਆਂ 206, ਅਤੇ ਸਟੇਟ ਦੀਆਂ 11, ਇਹ 217 ਮੈਂ ਸਟੇਟ 'ਤੇ ਉਹਦੀਆਂ ਕਹਿ ਰਿਹਾ ਕਿ ਪੰਜਾਬ ਦੀਆਂ,
ਉਹ ਦੂਜੀਆਂ ਅਦਰ ਸਟੇਟਸ ਨੇ, 86 ਅਦਰ ਸਟੇਟਸ ਚਾ ਮੈਂ ਵੀ ਕਹਿਆ ਸੀਗਾ 86 ਜਿਹੜੀਆਂ ਨੇ 86 ਨੇਗੀਆਂ ਨਹੀਂ ਨਹੀਂ 86 ਨਹੀਂ ਤੁਸੀਂ 86 ਜਿਹੜੀਆਂ ਨੇਗੀਆਂ ਉਹ ਅਦਰ ਸਟੇਟਸ ਨੇਗੀਆਂ 303 ਦੇ ਵਿੱਚੋਂ 86 ਜਿਹੜੀਆਂ ਨੇ ਉਹ ਅਦਰ ਸਟੇਟ ਦੀਆਂ ਨੇਗੀਆਂ, ਸੈਂਟਰ ਦੀਆਂ ਜਿਹੜੀਆਂ ਨੇਗੀਆਂ ਉਹ 206 ਨੇਗੀਆਂ, 11 ਪੰਜਾਬ ਦੀਆਂ ਸੀਗੀਆਂ। ਇਹਨਾਂ ਸਾਰੀਆਂ ਨੂੰ ਅਸੀਂ ਜਿਹੜੀਆਂ ਪੰਜਾਬ ਦੇ ਅੰਦਰ ਆਉਂਦੀਆਂ ਸੀ 11 ਦੀ 11 ਉਹਨਾਂ ਦੀ ਅਸੀਂ ਜਿਹੜੀ ਆ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਆ, ਔਰ ਹੁਣ ਸੈਂਟਰ ਦੀਆਂ ਅਸੀਂ ਲਿਖ ਕੇ ਭੇਜਿਆ ਕਿ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਇਹਨਾਂ 217 ਫਰਮਾਂ 'ਚੋਂ 89 ਕਰੋੜ ਰੁਪਏ, 89 ਕਰੋੜ ਦੀ ਜਿਹੜੀ ITC ਪਈ ਸੀਗੀ ਇਹਨਾਂ ਨੂੰ, ਜਿਹੜੀ ਮੈਂ ਸਮਝਦਾ ਲੈ ਲੈਣੀ ਸੀਗੀ ਸਾਡੇ ਤੋਂ, ਉਹ ਵੀ ਅਸੀਂ ਬਲੌਕ ਕੀਤੀ ਆ। ਜਿਹੜਾ ਰਿਟਰਨ ਇਹਨਾਂ ਨੇ ਲੈ ਲੈਣਾ ਸੀਗਾ ਅਸੀਂ ਪੈਸਾ, ਯਾਨੀ 89.7 ਕਰੋੜ ਰੁਪਇਆ ਜਿਹੜਾ ਮੈਂ ਸਮਝਦਾ ਇਹਨਾਂ ਨੇ ਕਢਾ ਲੈਣਾ ਸੀਗਾ, ਅਸੀਂ ਉਹ ਸੈਂਟਰ ਕੋਲੋਂ ਬਲੌਕ ਕੀਤਾ ਗਾ। ਇਹ ਮੈਂ ਸਮਝਦਾ ਠੱਗੀ ਜਿਹੜੀ ਜਿਹੜੀ ਪੰਜਾਬ ਦੇ ਖਜ਼ਾਨੇ ਨੂੰ ਇਹਨਾਂ ਨੇ ਲੁੱਟ ਲੈਣਾ ਸੀਗਾ, ਉਹ ਵੀ ਤੁਰੰਤ ਬਚਾਈ ਆ। ਸੋ ਇਹ ਤੁਰੰਤ ਅਸੀਂ ਬਲੌਕ ਕੀਤਾ ਗਾ। ਇਹਦੇ ਮਾਮਲੇ 'ਚ ਲਗਭਗ ਹੁਣ ਤੱਕ 707 ਤੋਂ ਵੱਧ ਜਿਹੜਾ ਹੈਗਾ ਉਹ ਜਾਲੀ ITC ਰਿਟਰਨ ਦਾ ਅਸੀਂ ਕੇਸ ਡਿਟੈਕਟ ਕੀਤਾ ਗਾ, ਫੜਿਆ ਗਾ, ਔਰ ਫਰਮਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਵੀ ਅਸੀਂ ਸਟਾਰਟ ਕੀਤੀ ਆ। ਜਿਹੜੀਆਂ ਪੰਜਾਬ 'ਚ 11 ਨੇਗੀਆਂ ਉਹ ਵੀ ਕੈਂਸਲ ਕਰਤੀਆਂ ਜਾਂ ਸਸਪੈਂਡ ਕਰਤੀਆਂ ਜਾਂ ਕੈਂਸਲ ਕਰਤੀਆਂ, ਔਰ ਇਹਨਾਂ ਇਹ ਸਾਰੀਆਂ ਜਿਹੜੀਆਂ 206 ਫਰਮਾਂ ਸੈਂਟਰ ਦੀਆਂ ਨੇਗੀਆਂ ਉਹਦੀਆਂ ਅਸੀਂ ਸੈਂਟਰ ਗੌਰਮੈਂਟ ਨੂੰ ਲਿਖ ਕੇ ਭੇਜਿਆ ਗਿਆ ਕਿ ਤੁਰੰਤ ਇਹਨਾਂ ਫਰਮਾਂ ਦੇ ਖਿਲਾਫ਼ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹਨਾਂ ਵਿੱਚੋਂ ਲਗਭਗ ਹੁਣ ਤੱਕ ਅਸੀਂ ਜਿਹੜੀ ਲੁਧਿਆਣਾ ਦੇ ਅੰਦਰ ਵੱਡੀ ਕਾਰਵਾਈ ਆ, ਜਿਹੜੀ ਕ੍ਰਿਮੀਨਲ ਲਾਇਬਿਲਟੀ ਆ, ਜੇਕਰ ਕੋਈ ਵਿਅਕਤੀ ਜਾਲੀ ਫਰਮ ਬਣਾ ਕੇ ਫਰਜ਼ੀ ਫਰਮ ਬਣਾ ਕੇ ਸਟੇਟ ਦੇ ਟੈਕਸ ਢਾਂਚੇ ਦੇ ਅੰਦਰ ਵੜ ਕੇ ਇੱਕ ਡਿਜ਼ਾਇਨ ਬਣਾ ਕੇ ਲੁੱਟਦਾ ਗਾ ਤਾਂ ਉਹਦੇ ਖਿਲਾਫ਼ ਕ੍ਰਿਮੀਨਲ ਲਾਇਬਿਲਟੀ ਵੀ ਸ਼ੁਰੂ ਹੁੰਦੀ ਆ। ਸੋ ਅਸੀਂ 11 ਵਿਅਕਤੀ ਹੁਣ ਤੱਕ ਲੁਧਿਆਣਾ ਦੇ ਅੰਦਰ 11 ਵਿਅਕਤੀਆਂ ਦੀ ਅਸੀਂ ਅਰੈਸਟ ਪਾਈ ਆ, ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਭੇਜਿਆ ਗਿਆ, ਔਰ ਲਗਭਗ ਹੁਣ ਤੱਕ ਅਸੀਂ ਜਿਹੜੇ ਜਾਲੀ ਬਿੱਲ ਸੀ 533 ਕਰੋੜ 'ਚੋਂ 2 ਕਰੋੜ ਦੀ ਰਿਕਵਰੀ ਹੋ ਚੁੱਕੀ ਆ। ਅਤੇ ਹੁਣ ਮੈਂ ਸਮਝਦਾ ਗਾ 100 ਕਰੋੜ ਰੁਪਇਆ ਜਿਹੜਾ ਹੋਰ ਰਿਕਵਰੀ ਜਿਹੜੀ ਆ ਉਹ ਨਿਕਲੀ ਹੈਗੀ। ਟੋਟਲ ਮੇਰਾ ਕਹਿਣ ਦਾ ਭਾਵ ਆ ਕਿ ਅਸੀਂ ਪਿਛਲੇ ਲੰਬੇ ਅਰਸੇ ਤੋਂ ਜਿੱਥੇ ਗੋਲ ਦੇ ਵਿੱਚ 336 ਕਰੋੜ ਰੁਪਇਆ ਅੰਮ੍ਰਿਤਸਰ, 424 ਕਰੋੜ ਰੁਪਇਆ ਲੁਧਿਆਣਾ, ਔਰ 4044 ਕਰੋੜ ਰੁਪਇਆ ਲੋਹੇ ਦੀ ਆਇਰਨ ਦੇ ਉੱਤੇ ਜਾਲੀ ਸੇਲ ਪਰਚੇਸ, ਇਹ ਵੀ ਲੁਧਿਆਣਾ ਜੀ, ਅਤੇ ਫਰਮਾਂ ਦੀ ਰਜਿਸਟ੍ਰੇਸ਼ਨ ਜਿਹੜੀ ਰੱਦ ਕੀਤੀ ਆ ਪੰਜਾਬ ਦੀਆਂ 11, ਔਰ ਸੈਂਟਰ ਨੂੰ ਲਿਖਿਆ 206, ਔਰ 86 ਜਿਹੜੀਆਂ 86 ਅਦਰ ਫਰਮਸ ਨੇਗੀਆਂ ਉਹ ਦੂਜੇ ਸੂਬਿਆਂ ਨੂੰ ਲਿਖਿਆ ਗਿਆ ਕਿ ਇਹਨਾਂ ਫਰਮਾਂ ਦੇ ਖਿਲਾਫ਼ ਜਿਹੜੀ ਆ ਚੌਥਾ ਕੇਸ ਕਿਆ ਕਾਰਵਾਈ ਕੀਤੀ ਜਾਵੇ। ਔਰ ਚੌਥੇ ਕੇਸ ਦੇ ਅੰਦਰ ਜਿਹੜੀਆਂ ਜਿਹੜੇ ਦੂਜੇ ਜਾਲੀ, ਮਤਲਬ ਇੱਕ ਤਾਂ ਹੈਗਾ ਡਾਇਰੈਕਟ ਚਲਾ ਰਹੇ ਸੀਗੇ ਕੁਛ ਕਿਸੇ ਹੋਰ ਦੇ ਨਾਂ 'ਤੇ, ਯਾਨੀ ਕਿ ਆਪਦੇ ਲੇਬਰ ਕਰਨ ਵਾਲਿਆਂ ਦੇ ਨਾਂ 'ਤੇ, ਜਿਹੜੇ ਲੇਬਰ ਕਰਨ ਵਾਲੇ ਵਿਅਕਤੀ ਉੱਥੇ ਆਉਂਦੇ ਨੇ, ਜਾਂ ਆਪਦੇ ਮੁਲਾਜ਼ਮਾਂ ਦੇ ਨਾਂ 'ਤੇ, ਆਪਦੇ ਡਰਾਈਵਰਾਂ ਦੇ ਨਾਂ 'ਤੇ, ਆਪਣੇ ਕਿਸੇ ਵੀ ਹੋਰ ਨਾਂ 'ਤੇ ਜਿਹੜੀਆਂ ਜਾਲੀ ਫਰਮਾਂ ਬਣਾ ਕੇ, ਉਹ 68 ਫਰਮਾਂ ਸੀਗੀਆਂ ਜਿਹੜੀਆਂ ਚੱਲ ਰਹੀਆਂ ਸੀਗੀਆਂ, ਉਹਦੇ ਅੰਦਰ ਤਾਂ ਅਸੀਂ ਡਾਇਰੈਕਟਲੀ ਜਿਹੜੇ ਬੰਦੇ 11 ਬੰਦੇ ਇਨਵੋਲਵ ਸੀਗੇ, ਹਾਂ ਮਤਲਬ 11 ਨਾਮਜ਼ਦ ਕੀਤੇ ਸੀ, 5 ਦੀ ਜਿਹੜੀ ਆ ਉਹ ਅਰੈਸਟ ਹੋ ਚੁੱਕੀ ਹੈ। ਇਹਦੇ ਵਿੱਚ ਵੀ 533 ਕਰੋੜ ਦਾ ਫਰੋਡ ਆ, ਇਹ 533 ਕਰੋੜ ਦੀ ਜਾਲੀ ਬਿਲਿੰਗ ਹੋਈ ਸੀ,
ਔਰ ਜਿਹਦੇ ਵਿੱਚ ਫੇਕ ਆਈ ਟੀ ਸੀ ਇਹਨਾਂ ਨੇ ਲਗਭਗ 100 ਕਰੋੜ ਰੁਪਏ ਦੀ ਜਿਹੜੀ ਆ ਉਹ ਚੂਨਾ ਲਾਉਣਾ ਸੀਗਾ। ਇਹ ਵੱਡੀ ਕਾਰਵਾਈ ਜਿਹੜੀ ਆ ਪਿਛਲੇ ਸਮੇਂ ਦੌਰਾਨ ਸਾਡੇ ਡਿਪਾਰਟਮੈਂਟ ਵੱਲੋਂ ਕੀਤੀ ਗਈ ਆ। ਮੈਂ ਸਾਰੇ ਜਿੱਥੇ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਦਾ ਮੇਰੇ ਨਾਲ ਬੈਠੇ ਨੇਗੇ, ਐਫ ਸੀ ਡੀ ਸਾਹਿਬ ਦਾ, ਟੈਕਸ ਕਮਿਸ਼ਨਰ ਸਾਹਿਬ ਦਾ, ਸਾਡੇ ਇਨਫੋਰਸਮੈਂਟ ਡਾਇਰੈਕਟਰ ਦੇ ਮੁਖੀ ਸਾਹਿਬਾਨ ਦਾ ਧੰਨਵਾਦ ਕਰਨਾ ਗਾ। ਉੱਥੇ ਮੈਂ ਸਰਦਾਰ ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਗਾ ਕਿ ਉਹ ਲਗਾਤਾਰ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਚਲਾ ਰਹੇ ਨੇ। ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਖਤਮ ਕਰਨਾ ਸੀ, ਕਿਉਂਕਿ ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਦੇ ਖਿਲਾਫ ਉੱਠੀ ਮੁਹਿੰਮ 'ਚ ਹੋਇਆ ਗਾ। ਸੋ ਪੰਜਾਬ ਦੇ ਅੰਦਰ ਕਿਸੇ ਵੀ ਲੈਵਲ 'ਤੇ ਜਿਹੜਾ ਭ੍ਰਿਸ਼ਟਾਚਾਰ ਹੁੰਦਾ ਗਾ ਅਸੀਂ ਉਹਦੇ ਖਿਲਾਫ ਸਖ਼ਤ ਹਮਲਾ ਕਰ ਰਹੇ ਹਾਂ, ਸਖ਼ਤ ਵਾਰ ਕਰ ਰਹੇ ਹਾਂ। ਔਰ ਕੋਈ ਵੀ ਦੋਸ਼ੀ ਜਿਹੜਾ GST ਦੇ ਅੰਦਰ ਫਰਾਡ ਕਰੂਗਾ, ਟੈਕਸ ਦੇ ਅੰਦਰ ਫਰਾਡ ਕਰੂਗਾ, ਉਹ ਬਖਸ਼ਿਆ ਨਹੀਂ ਜਾਊਗਾ। ਅਸੀਂ ਇਸੇ ਤਰ੍ਹਾਂ ਇਹ ਮੁਹਿੰਮ ਜਿਹੜੀ ਆ ਪੰਜਾਬ 'ਚ ਜਾਰੀ ਰਹੂਗੀ। ਆਉਣ ਵਾਲੇ ਸਮੇਂ 'ਚ ਹੋਰ ਵੀ ਕਾਫੀ ਸਾਰੇ ਅਸੀਂ ਏਰੀਏ ਲੱਭੇ ਨੇਗੇ ਜਿਨ੍ਹਾਂ 'ਚ ਸਾਨੂੰ ਲੱਗਦਾ ਗਾ ਕਿ ਇੱਥੇ ਚੋਰੀ ਹੋਣ ਦਾ ਖਤਰਾ ਗਾ, ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਾ। ਉੱਥੇ ਸਾਡੀ ਜਿਹੜੀ ਆ ਟੀਮ ਲਗਾਤਾਰ ਕੰਮ ਕਰ ਰਹੀ ਹੈ। 4 ਜਾਂ 43 ਕਰੋੜ ਹੈਗੀ ਹੈ। देखिए ये हमारा विषय नहीं है कि वो कहाँ से आया है। हमारा जो यूरिडिक्शन है वो टैक्स इन्फोर्समेंट की है, हमारी यूरिडिक्शन टैक्स इन्फोर्समेंट की है। और हमने जितने भी अभी FIR रजिस्टर करी है, ये हमारा स्टेट में जहाँ हमको पता लग रहा है कि यहाँ ये क्रिमिनल एक्ट में शामिल लोग हैं, वहाँ पर हम FIR भी दर्ज कर रहे हैं। पर लेकिन अभी तक हमने इनिशियली तौर पर जहाँ टैक्स एवेजन हुई है उसको ही पकड़ा है। 4 ਜਾਂ 43 ਕਰੋੜ ਇਹ ਲੋਕ ਜਿਹੜੇ ਸੀਗੇ ਉਹ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਹੇ ਸੀ, ਉਹਨਾਂ ਦੇ ਖਿਲਾਫ਼ ਕਰ FIR ਵਗੈਰਾ। ਬਿਲਕੁਲ ਜੀ, ਅਸੀਂ 11 ਵਿਅਕਤੀ ਜਿਹੜੇ ਨੇਗੇ ਉਹਨਾਂ ਦੇ ਖਿਲਾਫ਼ FIR ਦਰਜ ਹੋਈ ਆ। ਇਹ ਦੂਜੇ ਕੇਸ 'ਚ ਹੋਈ ਹੈਗੀ, ਇਹਦੇ ਕੇਸ ਵੀ ਅਸੀਂ ਦੇਖ ਰਹੇ ਹਾਂ ਕਿਉਂਕਿ ਹਜੇ ਵਿਅਕਤੀ ਫੜੇ ਨੇਗੇ। ਕ੍ਰਿਮੀਨਲ ਲਾਇਬਿਲਟੀ ਜਿਹੜੀ ਆ ਉਹ GST ਦੇ ਅੰਦਰ ਕਿੱਥੇ ਕਿੱਥੇ ਬਣਦੀ ਆ, ਉਹ ਐਕਟ ਦੇ ਅੰਦਰ ਪ੍ਰਾਵਧਾਨ ਆ, ਉਹ ਵੀ ਅਸੀਂ ਐਕਸ਼ਨ ਬਿਲਕੁਲ ਕਿਸੇ ਨੂੰ ਨਹੀਂ ਬਖਸ਼ਾਂਗੇ। ਚਾਹੇ ਕੋਈ ਜੇਕਰ ਕੋਈ ਡਿਪਾਰਟਮੈਂਟ ਦਾ ਅਧਿਕਾਰੀ ਵੀ ਸ਼ਾਮਿਲ ਹੋਇਆ ਜੇਕਰ ਕੋਈ ਡਿਪਾਰਟਮੈਂਟ ਦਾ ਅਧਿਕਾਰੀ ਵੀ ਸ਼ਾਮਿਲ ਹੋਇਆ ਤਾਂ ਉਹਦੇ ਖਿਲਾਫ ਵੀ ਸਖ਼ਤ ਤੋਂ ਸਖ਼ਤ ਐਕਸ਼ਨ ਹੋਊਗਾ। ਜੀ ਟੋਟਲ ਅਮਾਊਂਟ ਤੁਹਾਨੂੰ ਦੱਸਿਆ ਕਿ ਡਿਫਰੈਂਟ ਸਕੈਮ ਨੇ ਨਾ ਜੀ, 4 ਨੇਗੇ। ਪਹਿਲੇ ਜਿਵੇਂ ਪਹਿਲੇ ਸਕੈਮ ਦੀ ਅੰਮ੍ਰਿਤਸਰ ਦੀ ਗੱਲ ਕਰਾਂ 336, ਦੂਸਰਾ 424, ਤੀਸਰਾ 4044, ਪੰਜਵਾਂ ਜਿਹੜਾ ਹੈਗਾ 533। ਦੇਖੋ ਅਸੀਂ ਜਿਹੜੀਆਂ ਫਰਮਾਂ ਫਰਾਡ ਦੇ ਵਿੱਚ ਇਨਵੋਲਵ ਨੇਗੀਆਂ ਅਸੀਂ ਉਹਨਾਂ ਦੇ ਤੁਰੰਤ ਲਾਇਸੈਂਸ ਜਿਹੜੇ ਮਿਲੇ ਹੋਏ ਨੇ, ਰਜਿਸਟ੍ਰੇਸ਼ਨ ਜਿਹੜੀ ਉਹਨਾਂ ਦੀ ਹੋਈ ਆ, ਅਸੀਂ ਤੁਰੰਤ ਉਹ ਜਦੋਂ ਸਾਨੂੰ ਸਸਪੀਸ਼ਨ ਹੁੰਦੀ ਆ, ਸ਼ੱਕ ਹੁੰਦੀ ਆ, ਅਸੀਂ ਸਸਪੈਂਡ ਕਰ ਦਿਆਂਗੇ। ਆਫਟਰ ਦੈਟ ਜਦੋਂ ਡਿਟੈਕਟ ਹੋ ਜਾਂਦਾ ਕਿ ਹਾਂ ਇਹਨਾਂ ਨੇ ਇਹ ਕ੍ਰਾਈਮ ਕੀਤਾ ਗਾ ਸਾਡੇ ਡਿਪਾਰਟਮੈਂਟ ਦੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਤਾਂ ਅਸੀਂ ਉਹਦੀ ਰਜਿਸਟ੍ਰੇਸ਼ਨ ਆ ਉਹ ਰੱਦ ਕਰ ਦਿਆਂਗੇ। ਅੰਮ੍ਰਿਤਸਰ ਦੇ ਅੰਦਰ ਸਿਰਫ
336 ਵਾਲੀ ਜਿਹੜੀ 336 ਕਰੋੜ ਦੀ ਆ, ਇੱਕੋ ਹੀ ਆ, ਇੱਕੋ ਹੀ ਫਰਮਾ ਜੀ 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 ਨਹੀਂ ਨਹੀਂ ਦੋਨੋਂ ਅਲੱਗ ਅਲੱਗ ਫਰਮੇ ਹੈ ਇਨਕੇ ਪਾਸ, ਜਾਂ ਇਹਨੇ ਕਹਾਂ ਸੇ ਸੋਨਾ ਪਰਚੇਜ ਕੀਆ, ਗੋਲਡ ਕਹਾਂ ਸੇ ਪਰਚੇਜ ਕੀਆ, ਉਸਕਾ ਇਨਕੇ ਪਾਸ ਕੋਈ ਵੀ ਐਵੀਡੈਂਸ ਨਹੀਂ ਹੈ। ਦਿਸ ਇਜ਼ ਦਾ ਕੀ ਦੇਖਦੇ ਨੇ, ਸੋਨਾ ਇੱਥੇ ਤਾਂ ਪੈਦਾ ਹੁੰਦਾ ਨਹੀਂ, ਬਾਹਰ ਕੀ ਦੇਖਦੇ ਆਪਣਾ, ਜਾਂਚ ਕੀਤੀ ਹੋਏਗੀ ਬਾਡੀ ਉਹ ਜਾਂਚ ਦੇ ਵਿਸ਼ੇ ਨੇ, ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਡਿਸਕਲੋਜ਼ ਨਹੀਂ ਕੀਤਾ। ਸੋਨਾ ਕਿੰਨਾ ਅਮਾਉਂਟ ਹੈ, ਕੋਈ ਮਤਲਬ ਕਿੰਨੇ ਟਨ ਸੋਨਾ ਅਬ ਤੱਕ ਅਗਰ ਰੁਪਏ ਕਰ, ਨਹੀਂ ਨਹੀਂ ਉਹ ਤਾਂ ਅਭੀ ਜਾਂਚ ਚੱਲ ਰਹੀ ਹੈ ਵੀ ਔਰ ਵੀ ਹੋ ਸਕਦਾ, ਪਰ ਲੇਕਿਨ ਅਮਨ ਤੋਂ ਸਾਹਿਬ ਜਿਹੜੇ ਤੋਂ ਪਾਰੀ ਗੋਬਿੰਦਗੜ੍ਹ ਵਾਲੇ ਸੀਗੇ ਉਹਨਾਂ ਦੀ ਬੱਦੀ ਵੀ ਕਹਿੰਦੇ ਕਾਫੀ ਇੰਡਸਟਰੀ ਉਧਰ ਵੀ ਹੋਵੇਗੀ। ਦੇਖੋ ਹਜੇ ਜਾਂਚ ਜਿਹੜੀ ਆ, ਇਨਵੈਸਟੀਗੇਸ਼ਨ ਜਿਹੜੀ ਆ ਡਿਪਾਰਟਮੈਂਟ ਦੀ ਜਾਂਚ ਜਿਹੜੀ ਚੱਲ ਰਹੀ ਆ, ਜੇ ਇਹ ਤੁਹਾਨੂੰ ਅਸੀਂ ਮੁੱਢਲੀ ਇਨਫੋਰਮੇਸ਼ਨ ਦੇ ਰਹੇਗੇ ਕਿ ਕਿੱਥੇ ਕਿਤੇ ਹਜੇ ਟੈਕਸ ਦੀ ਜਿਹੜੀ ਹੋਰ ਅਮਾਊਂਟ ਵਧਣ ਦਾ ਸਾਨੂੰ ਭਰੋਸਾ ਗਾ ਕਿ ਕਿੱਥੇ ਕਿਤੇ ਭਾਈ ਹੋਰ ਚੋਰੀ ਹੋਇਆ ਗਿਆ। ਹਜੇ ਥੋੜੀਆਂ ਫਰਮਾਂ ਜਿਹੜੀਆਂ ਆਈਆਂ ਨੇ ਸਾਡੇ 'ਚ, ਅਸੀਂ ਜਿਹੜਾ ਵੀ ਵਿਅਕਤੀ ਕੋਈ ਜਾਲੀ ਕੰਮ ਕਰੂਗਾ ਬਖਸ਼ਿਆ ਨਹੀਂ ਜਾਊਗਾ। ਕਦੋਂ ਕੰਮ ਕਰ ਰਹੇ ਸਰ, ਫਰਮਾਂ ਜਾਲੀ ਬਣਾਉਣਾ ਕਦੋਂ ਦਾ ਕੰਮ ਚੱਲ ਰਿਹਾ? ਇਹ ਥੋੜਾ ਸਮਾਂ ਹੀ ਹੋਇਆ ਸੀ ਇਹਨਾਂ ਨੂੰ ਪਿੱਛੇ, ਕਿਉਂਕਿ ਸਾਡਾ ਡਿਪਾਰਟਮੈਂਟ ਜਿਹੜਾ ਜਦੋਂ ਕੋਈ ਫਰਮ ਰਜਿਸਟਰਡ ਹੁੰਦੀ ਆ, ਜੇ ਮੰਨ ਲਓ ਤੁਸੀਂ ਅੱਜ ਇੱਕ ਫਰਮ ਰਜਿਸਟਰਡ ਕਰਵਾ ਲੈਣੇ ਹੋ, ਅੱਜ ਤੁਸੀਂ 10 ਦਿਨਾਂ 'ਚ 5 ਕਰੋੜ ਦਾ ਵਪਾਰ ਕਰਦੇ ਹੋ, ਉਹ ਤੋਂ ਬਾਅਦ 50 ਦਾ ਲੈ ਜਾਂਦੇ ਹੋ, ਫਿਰ 500 ਦਾ ਲੈ ਜਾਂਦੇ ਹੋ, ਸਪਸ਼ਟ ਆ ਕਿ ਤੁਸੀਂ ਕੋਈ ਨਾ ਕੋਈ ਫਰਜ਼ੀ ਵਪਾਰ 'ਚ ਇਨਵੋਲਵ ਹੋਏ ਹੋ ਕਿ ਇੰਨੀ ਤੇਜ਼ੀ ਦੇ ਨਾਲ 5 ਗੁਣਾ, 10 ਗੁਣਾ, 100 ਗੁਣਾ, 500 ਗੁਣਾ ਵੱਧ ਰਿਹਾ ਹੈਗਾ। ਸੋ ਉਸ ਨੂੰ ਦੇਖ ਕੇ ਅਸੀਂ ਜਿਹੜੀਆਂ ਸਸਪੀਸ਼ੀਅਨ ਇੱਥੋਂ ਹੀ ਪੈਦਾ ਹੁੰਦੀ ਹੈ ਨਾ, ਸ਼ੱਕ ਇੱਥੋਂ ਹੀ ਪੈਦਾ ਹੁੰਦਾ ਹੈਗਾ ਕਿ ਹਾਂਜੀ ਇਹ ਫਰਮ ਜਿਹੜੀ ਹੈ ਗੱਲ ਨਹੀਂ ਤਾਂ ਵੱਡੀਆਂ ਜਿਹੜੀਆਂ ਫਰਮਾਂ ਨੇ ਜਿਹੜੀਆਂ ਕੋਈ ਇੰਡਸਟਰੀ ਆ ਜਿਹੜੀ ਕੰਮ ਕਰ ਰਹੀ ਆ ਪੰਜਾਬ ਦੇ ਅੰਦਰ, ਉਹਨਾਂ ਤੋਂ ਆਲਰੇਡੀ ਬੜੇ ਅੱਛੇ ਤਰੀਕੇ ਨਾਲ ਸੀਏ ਰੱਖੇ ਨੇ, ਉਹ ਤਾਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨਾਂ ਦੀ ਤਾਂ 100%। ਇਹ ਤਾਂ ਉਹ ਲੋਕ ਨੇ ਜਿਹੜੇ ਜਾਲੀ ਫਰਜ਼ੀ ਪਹਿਲਾਂ ਫੇਕ ਰਜਿਸਟ੍ਰੇਸ਼ਨਾਂ ਕਰਾਉਂਦੇ ਨੇ, ਕਿ ਫੇਕ ਆਪਦਾ ਸਿਸਟਮ ਦਿਖਾਉਂਦੇ ਨੇ, ਕਿ ਬਾਅਦ 'ਚ ਜਾਲੀ ਬਿੱਲ ਬਣਾ ਕੇ ਸਟੇਟ ਨੂੰ ਲੁੱਟਦੇ ਨੇ। ਥੈਂਕ ਯੂ ਜੀ। ਦੇਖੀਏ ਚੰਨੀ ਸਾਹਿਬ ਨੇ ਪਾਰਲੀਮੈਂਟ ਮੇਂ ਕਿਆ ਬਿਆਨ ਦੀਆ ਹੈ ਨਹੀਂ ਦੀਆ, ਪਰ ਲੇਕਿਨ ਪੰਜਾਬ ਮੇਂ ਜੋ ਵੀ ਵਿਅਕਤੀ, ਕਿਉਂਕਿ ਆਜ ਕੀ ਪ੍ਰੈਸ ਵਾਰਤਾ ਵੀ ਸੀ ਪੇ ਹੈ, ਜੋ ਵੀ ਵਿਅਕਤੀ ਕਾਨੂੰਨ ਕੋ ਤੋੜੇਗਾ, ਜੋ ਵੀ ਵਿਅਕਤੀ ਕਾਨੂੰਨ ਕੋ ਤੋੜਨੇ ਦੀ ਕੋਸ਼ਿਸ਼ ਕਰੇਗਾ, ਜੋ ਕਾਨੂੰਨ ਮੇਂ ਜੈਸੀ ਉਸਕੀ ਸਜ਼ਾ ਲਿਖੀ ਗਈ ਆ, ਵੈਸੇ ਹੀ ਉਸਕੋ ਸਜ਼ਾ ਮਿਲੇਗੀ। ਔਰ ਦੂਸਰਾ ਮੈਂ ਆਪਕੋ ਬਤਾ ਦੂੰ ਕਿ ਯੇ ਹਮਨੇ ਜਿਤਨੀ ਵੀ ਫਰਮੇ ਹਮੇਂ ਮਿਲ ਰਹੀ ਹੈ, ਇਨਕੀ ਹਮਨੇ ਆਧਾਰ ਅਥੈਂਟੀਕੇਸ਼ਨ ਸ਼ੁਰੂ ਕਰੀ ਹੈ, ਬਾਇਓਮੈਟ੍ਰਿਕ ਜਬ ਨਹੀਂ ਜਿਤਨੀ ਵੀ ਫਰਮੇ ਅਬ ਰਜਿਸਟਰਡ ਹੋ ਗਈ ਪੰਜਾਬ ਮੇਂ, ਬਾਇਓਮੈਟ੍ਰਿਕ ਉਸਕੀ ਜੋ ਹਮੇਂ ਅਟੈਂਡੈਂਸ ਲਗਾ ਕੇ ਉਸਕੋ ਆਧਾਰ ਸੇ ਜੋੜ ਕੇ ਫਿਰ ਉਸਕੀ ਰਜਿਸਟ੍ਰੇਸ਼ਨ ਕਰੇਂਗੇ, ਤਾਂ ਕਿ ਆਗੇ ਆਉਣੇ ਵਾਲੇ ਸਮੇਂ ਮੇਂ ਕੋਈ ਫੇਕ ਰਜਿਸਟ੍ਰੇਸ਼ਨ ਨਾ ਹੋ। ਕਈ ਵਾਰ ਕਿਆ ਹੋਤਾ ਹੈ ਕਿ ਜੈਸੇ ਕੋਈ ਮਜ਼ਦੂਰ ਕਾਮ ਕਰਨੇ ਕੇ ਲੀਏ ਆਇਆ, ਕਿਸੀ ਆਦਮੀ ਕੇ ਪਾਸ ਆਇਆ, ਕੋਈ ਚਲਾਕ ਚਲੁਸਤ ਆਦਮੀ ਹੈ, ਉਸਕਾ ਆਧਾਰ ਕਾਰਡ ਲਿਆ ਕਿ ਭਾਈ ਤੇਰੇ ਕੋ ਮੈਂ 2000 ਦੂੰਗਾ, ਤੇਰੀ ਜੋ ਪੇਮੈਂਟ ਹੈ ਤੇਰਾ ਖਾਤਾ ਖੁਲਵਾ ਕੇ ਦੂੰਗਾ, ਉਸਕਾ ਉਸਕੀ ਰਜਿਸਟ੍ਰੇਸ਼ਨ ਬੈਂਕ ਮੇਂ ਕਰਵਾ ਲੇਤੇ ਹੈ, ਉਸਕੇ ਆਧਾਰ ਕੀ ਕਾਪੀ ਲੈ ਲੇਤੇ ਹੈਂ, ਬਾਅਦ ਮੇਂ ਉਸੀ ਪੇ ਉਸੀ ਆਧਾਰ ਪੇ ਉਸੀ ਖਾਤੇ ਪੇ ਜਦ ਦਸਖਤ ਕਰਵਾਤੇ ਹੈ, ਉਸੀ ਕੋ ਰਜਿਸਟਰਡ ਕਰਵਾ ਕੇ ਉਸਕੇ ਨਾਮ ਪੇ ਠੱਗੀ ਸ਼ੁਰੂ ਕਰ ਦੇਤੇ ਹੈ, ਉਸਕੋ ਤੋ ਪਤਾ ਤੱਕ ਨਹੀਂ ਹੋਤਾ ਉਸ ਮਜ਼ਦੂਰ ਕੋ ਜਾਂ ਲੋਗੋਂ ਕੋ ਕਿ ਹਮਾਰੇ ਸਾਥ ਕਿਆ ਹੁਆ ਹੈ। ਯੇ ਹਮਨੇ ਇਸੀ ਲਈ ਆਧਾਰ ਸੇ ਹਮ ਬਾਇਓਮੈਟ੍ਰਿਕ ਜੋ ਹੈ ਉਸਕੋ ਜੋੜਾ ਹੈ। ਜਿਵੇਂ ਕਿ ਮਾਮਲੇ 'ਚ
ਸਵਾਲ ਕੀਤਾ ਅੰਮ੍ਰਿਤਪਾਲ ਨੂੰ ਲੈ ਕੇ, ਤੇ ਏਦਾਂ ਹੀ ਕੁਛ ਹਿੰਦੂ ਸੰਗਠਨ ਹੈ ਵੈਸੇ, ਤੇ ਹਿੰਦੂ ਸੰਗਠਨ ਜੋ ਆਪਣੇ ਨਾਲ ਸਿਕਿਉਰਿਟੀ ਗਾਰਡ ਲੈ ਕੇ ਚੱਲਦੇ ਹੈ, ਉਹ ਲੀਡਰ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਤ੍ਰਿਸ਼ੂਲ ਯਾਤਰਾ ਕੱਢਾਂਗੇ ਸ੍ਰੀ ਦਰਬਾਰ ਸਾਹਿਬ ਲਈ, ਦੇਖੋ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਊਗੀ। ਕੋਈ ਵੀ ਵਿਅਕਤੀ ਵਿਸ਼ੇਸ਼ ਜਿੱਦਾਂ ਮਰਜ਼ੀ ਬਣ ਜੇ, ਕਾਨੂੰਨ ਤੋਂ ਵੱਡਾ ਨਹੀਂ ਹੋਊਗਾ। ਕਾਨੂੰਨ ਤੋੜਨ ਦੀ ਆਗਿਆ ਕਿਸੇ ਨੂੰ ਵੀ ਦਿੱਤੀ ਜਾਊਗੀ, ਚਾਹੇ ਕੋਈ ਵੀ ਹੋਵੇ। ਮੈਂ ਪੋਲੀਟੀਕਲ ਕਿਸੇ ਦਾ ਜਿਹੜਾ ਹੈਗਾ ਕੌਣ ਕੀ ਹੈ ਕੌਣ ਨਹੀਂ, ਮੈਂ ਕਿਸੇ ਦੀ ਆਰਗੇਨਾਈਜੇਸ਼ਨ 'ਤੇ ਕਮੈਂਟ ਨਹੀਂ ਕਰਦਾ। ਮੈਂ ਕਹਿੰਦਾ ਕਿ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਸਾਡੀ ਜ਼ਿੰਮੇਵਾਰੀ ਹੈ। ਸੀ ਐੱਮ ਸਾਹਿਬ ਨੇ ਜਵਾਬ ਦਿੱਤਾ ਤਾ।